Khabar, खालसा, वाहिगुरु वाहिगुरु जी जी की की फतेह, फतेह। वेलकम बैक टू द सेकंड पार्ट। हूँ भी सारे पास बहुत बहुत स्पेशल अपने पाजी दरदार सिंह परदेसी कुछ लैके आएंगे थोड़े लिए। प्लीज़ कीप वॉचिंग। आई प्रोमिस यू कि मनु लगता है सिख चैनल ऊपर दिस इज द फर्स्ट टाइम कि असी बड़ी धूमधाम नाल मदर्स डे मना रहे हैं। वील गो स्ट्रेट अपने पाजी दरदार सिंह अपने लिए कुछ स्पेशल लैके आए ने। प्यारी सात संगत, मैं ऑनेस्टली होप करता कि तुम इंजॉय करोगे ਇਹ ਸ਼ੋਅ। ਪ੍ਰੋਡਿਊਸ ਕਰਨ ਲਈ, ਸਾਰਾ ਡਾਇਰੈਕਟ ਕਰਨ ਲਈ ਬੜੀ ਐਫਰਟ ਹੈਗੀ ਹੈ, ਸਪੈਸ਼ਲੀ ਸਾਡੇ ਕੈਮਰਾਮੈਨ ਹਰਜੀਤ ਸਿੰਘ ਨਿੱਜਰ, ਆਪਣੀ ਮਿੰਨੀ, ਸਾਰਿਆਂ ਦਾ ਬਹੁਤ ਵੱਡੀ ਐਫਰਟ। ਉਹ ਭਾਅ ਜੀ ਚਮਨ ਲਾਲ ਚਮਨ ਔਰ ਦਰਦਾਰ ਸਿੰਘ, ਸਾਲ 'ਚ ਇੱਕ ਦਾ ਫਾਂਦਾ ਇੰਜੋਏ ਕਰੋ। ਬੜਾ ਮੈਮਰੀ ਦਿਨ ਹੈਗਾ ਅਤੇ ਆਈ ਹੋਪ ਕਿ ਤੁਸੀਂ ਇਹ ਵੀ ਦਿਨ ਆਪਣਾ ਕੈਰੀ ਕਰੋਗੇ ਫੋਰ ਦਾ ਰੈਸਟ ਆਫ ਦਾ ਈਅਰ। ਚਲੋ ਹੁਣ ਸਿੱਧਾ ਆਪਣੇ ਭਾਅ ਜੀ ਦਰਦਾਰ ਸਿੰਘ ਭਾਅ ਜੀ ਨੂੰ ਕਹਿੰਦੇ ਕਿ ਸੁਣਾ ਆਪਣਾ। ਹਾਂਜੀ ਦੋਸਤੋ, ਮੈਂ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਪੁਰਾਣਾ ਗੀਤ, ਕਿਉਂਕਿ ਮੈਨੂੰ ਬੜਾ ਅੱਛਾ ਬਹੁਤ ਲੱਗਾ ਬਚਪਨ ਤੋਂ ਹੀ, ਕਿਉਂਕਿ ਬਚਪਨ 'ਚ ਮੇਰੀ ਮਾਂ ਵਿਛੋੜਾ ਦੇ ਗਈ, ਸਾਨੂੰ ਗੁਜ਼ਰ ਗਏ ਜਦੋਂ ਕਿ ਮੈਂ 2.5 ਸਾਲ ਦਾ ਸੀ, ਜਦੋਂ ਪਹਿਲਾਂ ਮੈਂ ਮੈਂਸ਼ਨ ਕਰ ਚੁੱਕਾ। ਸੋ ਇਹ ਗੀਤ ਮੇਰਾ ਉਦੋਂ ਦਾ ਹੀ ਮੇਰੇ ਦਿਲ 'ਤੇ ਬੈਠਾ ਆ। ਮੈਂ ਉਹਦੀ ਇੱਕ ਚਾਹੇ ਰਫੀ ਸਾਹਿਬ ਦਾ ਲਿਖਿਆ ਹੈ, ਗਾਇਆ ਹੋਇਆ, ਔਰ ਜ਼ਮੀਨ ਕੇ ਤਾਰੇ ਬੜੀ ਪੁਰਾਣੀ ਫਿਲਮ ਸੀ ਇਹ, ਔਰ ਜਿਹ 'ਚ ਮੋਤੀ ਲਾਲ ਹੋਣਾ ਨੇ ਉਹ ਬਾਪ ਦਾ ਕੰਮ ਕੀਤਾ। ਉਹਨਾਂ ਦੀ ਵਾਈਫ ਮਰ ਜਾਂਦੀ, ਬੱਚੇ ਫਿਰ ਉਹਨਾਂ ਕਿੱਦਾਂ ਉਹ ਜਾਣੀ ਉਹਨਾਂ ਨੇ ਦੁੱਖ ਦੇ ਦਿੰਦੇ ਨੇ, ਉਹੋ ਹੀ ਦੁੱਖ ਦੇ ਦਿਨ ਜਿੱਦਾਂ ਉਹ ਫਿਲਮ ਜਿਹੜੀ ਮੇਰੀ ਜ਼ਿੰਦਗੀ 'ਤੇ ਬਣਾਈ ਗਈ ਹੋਵੇ। ਇਸ ਕਰਕੇ ਕੁਝ ਲਾਈਨਾਂ ਉਹਦੀਆਂ ਮੈਂ ਪੇਸ਼ ਕਰਦਾ। ਮਾਂ ਨਾ ਮਰੇ ਬਚਪਨ ਮੇ, ਕਿਸੀ ਕੀ ਮਾਂ ਨਾ ਮਰੇ, ਮਾਂ ਨਾ ਮਰੇ ਬਚਪਨ ਮੇ, ਕਿਸੀ ਕੀ ਮਾਂ ਨਾ ਮਰੇ। ਮਾਂ ਨਾ ਮਰੇ ਬਚਪਨ ਮੇ, ਕਿਸੀ ਕੀ ਮਾਂ ਨਾ, ਬਚਪਨ ਮੇ ਕਿਸੀ ਕੀ ਮਾਂ ਨਾ ਮਰੇ। ਦੇਤਾ ਨਾ ਆਪਣਾ ਕੋਈ ਦਿਲਾਸਾ, ਭੁੱਖਾ ਸੋਇਆ ਬਚਪਨ ਮੇ ਕਿਸੀ ਕੀ ਮਾਂ ਨਾ ਮਰੇ, ਮਾਂ ਨਾ ਮਰੇ ਬਚਪਨ ਮੇ ਕਿਸੀ ਕੀ ਮਾਂ ਨਾ ਮਰੇ। ਕਿੰਨੇ ਖੁਸ਼ਕਿਸਮਤ ਨੇ ਜਿਹਨਾਂ ਨੂੰ ਮਾਵਾਂ ਦੀਆਂ ਠੰਡੀਆਂ ਛਾਵਾਂ ਮਨ ਨੂੰ ਮਿਲੀਆਂ ਨੇ। ਉਹ ਗੀਤ ਪੇਸ਼ ਕਰਦਾ ਹਾਂ। ਮਾਂ ਮੇਰੇ ਨਾਲ ਨੇ, ਮੇਰੇ ਬੇਟਾ ਰਾਜੂ ਤਬਲੇ 'ਤੇ ਸੰਗਤ ਕਰ ਰਿਹਾ ਹੈ। ਮਾਂ ਠੰਡੀਆਂ ਛਾਵਾਂ, ਠੰਡੀਆਂ ਛਾਵਾਂ,
ਠੰਡੀਆਂ ਛਾਵਾਂ ਮਾਣਦੇ ਰਹੋ ਔਰ ਉਹਨਾਂ ਦੀ ਸੇਵਾ ਕਰਦੇ ਰਹੋ ਮਾਂ ਬਾਪ ਦੀ। ਬੜੀ ਖੁਸ਼ਕਿਸਮਤ ਹੋ ਤੁਸੀਂ ਜੇਕਰ ਆਪਣੇ ਮਾਂ ਬਾਪ ਦੀ ਸੇਵਾ ਕਰਦੇ ਹੋ, ਤੁਸੀਂ ਬੜੇ ਭਾਗਾਂ ਵਾਲੇ। ਸੋ ਦਿਲ 'ਚ ਇਹ ਹੈ ਕਿਸੇ ਦੀ ਰੱਬਾ ਮਾਂ ਨਾ ਮਰੇ, 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 ਮਾਂ ਨਾ ਮਰੇ ਓ ਰੱਬਾ ਮਾਂ ਨਾ ਮਰੇ, ਮਾਂ ਨਾ ਮਰੇ ਓ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਜਿੱਥੇ ਹੋਵੇ ਮਾਂ ਰੱਬ ਰਹਿਮਤਾਂ ਕਰੇ, ਜਿੱਥੇ ਹੋਵੇ ਮਾਂ ਰੱਬ ਰਹਿਮਤਾਂ ਕਰੇ ਓ ਰੱਬਾ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਜਿੱਥੇ ਹੋਵੇ ਮਾਂ ਰੁੱਖ ਰਹਿੰਦੇ ਨੇ ਹਰੇ ਓ ਰੱਬਾ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ, ਕਿਸੇ ਦੀ ਰੱਬਾ ਮਾਂ ਨਾ ਮਰੇ। ਪ੍ਰੋਫੈਸਰ ਮੋਹਨ ਸਿੰਘ ਸਾਹਿਬ, ਜਿਨ੍ਹਾਂ ਦੀਆਂ ਕਵਿਤਾਵਾਂ, ਜਿਨ੍ਹਾਂ ਦੀ ਮੈਂ ਅੰਬੀ ਦਾ ਬੂਟਾ ਪੇਸ਼ ਕੀਤਾ, ਉਹਨਾਂ ਦੀਆਂ ਸਾਰੀ ਪੋਇਟਰੀ ਨਾਲ ਮੈਨੂੰ ਬੜਾ ਪਿਆਰ ਹੈ। ਸੋ ਉਹਨਾਂ ਨੇ
ਉਹ ਜੋ ਚੰਦ ਲਾਈਨਾਂ ਮਾਂ ਦੇ ਉੱਤੇ ਲਿਖੀਆਂ ਉਹਨਾਂ ਦਾ ਕੋਈ ਜਵਾਬ ਨਹੀਂ। ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਨੂੰ ਗਾ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂ। ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਜਿਸ ਤੋਂ ਛਾ ਉਧਾਰੀ ਲੈਕ ਜਿਸ ਤੋਂ ਛਾ ਉਧਾਰੀ ਰੱਬ ਨੇ ਸੁਰਗ ਬਣਾਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰ ਜਾਂਦੇ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰ ਜਾਂਦੇ, ਐ ਪਰ ਫੁੱਲਾਂ ਦੇ ਮੁਰ ਜਾਇਆ ਇਹ ਬੂਟਾ ਸੁੱਕ ਜਾਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ। ਲੈ ਕੇ ਜਿਸ ਤੋਂ ਛਾ ਉਧਾਰੀ ਲੈ ਕੇ ਜਿਸ ਤੋਂ ਛਾ ਉਧਾਰੀ ਰੱਬ ਨੇ ਸੁਰਗ ਬਣਾਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਮੈਨੂੰ ਨਜ਼ਰ ਨਾ ਆਏ, ਮੈਨੂੰ ਨਜ਼ਰ ਨਾ ਆਏ। ਹੁਣ ਮੇਰਾ ਉਹੀ ਸ਼ਿਕਵਾ ਪੇਸ਼ ਕਰ ਰਿਹਾ, ਪਤਾ ਨਹੀਂ ਕਸੂਰ ਉਸ 'ਚ ਮਾਂ ਦਾ ਸੀ ਜਾਂ ਰੱਬ ਦਾ ਕਸੂਰ ਆ। ਕਿਉਂ ਹੋਈ ਦੂਰ ਤੂੰ ਦੱਸ ਮੇਰੀ ਮਾਏ, ਕਿਉਂ ਹੋਈ ਦੂਰ ਤੂੰ ਦੱਸ ਮੇਰੀ ਮਾਏ, ਕਿਉਂ ਹੋਈ ਦੂਰ ਤੂੰ ਦੱਸ ਮੇਰੀ ਮਾਏ, ਕਿਉਂ ਹੋਈ ਦੂਰ ਅਸੀਂ ਸਾਤੇ ਜਗਤ ਤਮਾਸ਼ਾ ਵੇਖਣ ਨੂੰ ਆਏ, ਜਗਤ ਤਮਾਸ਼ਾ ਵੇਖਣ ਨੂੰ ਆਏ, ਸਾਡਾ ਕੀ ਏ ਕਸੂਰ ਤੂੰ ਦੱਸ ਮੇਰੀ ਮਾਏ, ਕਿਉਂ ਹੋਈ ਦੂਰ ਤੂੰ ਦੱਸ ਮਾਏ, ਕਿਉਂ ਹੋਈ ਦੂਰ
मुझको खिलाती है माँ, आप जागे है मुझको सुलाती है माँ। ममता कोई भी इसके मुकाबिल नहीं, ममता कोई भी इसके मुकाबिल नहीं। माँ के दिल जैसा दुनिया में कोई दिल नहीं, माँ के दिल जैसा दुनिया में कोई दिल नहीं। माँ का दिल, 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 दिल, माँ का दिल। थैंक यू वेरी मच पाल जी। सके सारे वीर दरदार सिंह परदेसी पाजी अल्फाज दें, कुछ खुशी भी हुई, कुछ तो रुआ भी दिता। बड़ा इमोशनल टाइम हैगा, माफी चाहूंगा थोड़ी। हां जी, अंकल जी, दैट वाज रियली अमेजिंग, इट वाज वेरी टचिंग। थैंक यू मैन, थैंक यू, थैंक यू सो मच। और सारे नु मुबारक होवे मेरे वालों, सारे अपने जेड़े मावां दियां छाणा मान रहे ने। रब करे कि सब नु खुशियां प्रदान करे। मैं भी बड़ा खुश हाँ, पर बहुत दुख देखे ने बचपन तो सर। अज अखा विच किसले पानी भी आ जांदा इस प्यार नु देख के। सो चमन जी का भी उही हाल सी, वैसे इन्हों की माँ चल गई सी जाने, लेकिन ये थोड़े व्डे हुए सी। मैं तो फिर बचपन चो उन्हों का मैं मुखड़ा भी नहीं पता मेरी माँ का, सच पुछों का किहो जिहा सी चमला जी। हाँ जी, दीदार ने हसबे मामूल बहुत ही प्यार नाल गाया, तो मैं वो सारे इन्हों के बोल लिख रहा सीगा। माँ ना मरे बचपन में किसी की, मावं ठंडिया छावं, जिन्हों घर बच्च माँ नहीं होंगी। ये जाहिद फखरी का एक शेर मैं सुना देना, उस जरा दीदार ने गाया, जिन्हों घर बच्च माँ नहीं होंगी उत्थे ठंडी छां नहीं होंगी। पुत्र भावें जान भी मंगन, पुत्र भावें जान भी मंगन, मावं को ना नहीं होंगी। मावं को और किसी की माँ ना मरे, किस दाता किसी की माँ ना मरे, ठंडी मिठी छां ना मरे। दीदार जी
और क्यों हुई है दूर दस मेरी माए जो अंबिया का बूर दस मेरी माए होर भी दे दीदार नू रब्बा आवाज दा मिठा नूर थैंक यू जमन जी हां जी बहुत प्यारियां चीजें दीदार ने गाईयां ने और मेरे, मेरे बेटे दा राजू दा मेनू बहुत धन्यवाद दिया इन्हें सब कुछ मेरे तो कराया थोड़े दिन च जदों पाल जी ने मेनू कहा तो मैं ना नहीं कर सकया और सवेरे सवेरे उठना मेरे अर्गे बुढ़े नू भी जरा मुश्किल हो जाता थोड़ा प्यार है बहुत अच्छा लगे मैं थानू एक गल होर अर्ज करा दीदार नहीं दसदा इन्हां दे जिहड़े पोता है ना जसबीर वह भी म्यूजिशियन है इन्हों घर सुनने वाले बड़े घट रह गए गाने वाले ही म्यूजिशियन राजू भी देख लो कंपोजर बड़ा अच्छा राजू राजू ने बड़े कंपोजिशन कीतियाँ इन्हों का जसबीर नू मैं गाँव देखा और मैंडोलन बड़ी सोहनी बना गया ऐसी उम्र के और एड्डी छोटा भी सुखनाल जड़ा है ना मेरा ख्याल वो भी कोई गिटार वगैरह लैके ही पैदा होया चलो भाजी एंड फिर टाइम की कदर करते हुए मैं सारी सिख चैनल टीम तो और स्पैशली अज साडी टीम मेन कौर अपना हरजीत सिंह निज्जर की एफर्ट सारी यह जरा प्रोग्राम पुट टूगैदर किया मैं बड़ा अच्छा लग्या और मैं उम्मीद रखता कि अपनी संगत में बहुत अच्छा लग्या होगा थोड़ा प्यार सेगा थोड़ा इमोशनल सेगा ये टाइम ही कुछ इदा का होंगे तो तुम जिथे भी माँ हो माँ हमेशा थोड़े नाल होंगी है हमेशा थोड़ा वॉच करती है हर कदम के उपर तो इस तरह तुम सिख चैनल देखते रहो नैक्सट वीक साढ़े नाल मिस्टर केवल सिंह कंसल्टेंट ऑर्थोपेडिक सर्जन होंगे तो असं लाइना खोलेंगे तुम बड़ा अपना फायदा उठा सकते किसी तरह का सवाल पूछना तुसी प्लीज कॉल करो और मैं खास तौर पर हरजीत होना का बहुत धन्यवादी हाँ उन्होंने सारा सैटअप जो किया पहली बार होया स्टूडियो लाइव प्रोग्राम आप पेश किया नहीं तो रिकॉर्ड करके मैं वैसे ज़्यादा प्रेफर रिकॉर्ड किया मैं चाहना है गाँव तो अभी कोई करिए तो कोशिश करिए पहले रिकॉर्ड कर लिया जाए अच्छा। जी बड़ा अच्छा किया दस दिता कि लाइव से प्लीज कॉल नहीं है चलो आप खत्म करिए।